ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੱਲ ਰਾਤ ਹੀ ਭੈਣ ਨੂੰ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਆ, ਨਗਨ ਅਵਸਥਾ ਚ ਉੱਥੇ ਪਈ ਸੀ। ਇਹਦੇ ਨਾਲ ਪਤਾ ਨੀ ਵਿਚਾਰੀ ਦੇ ਨਾਲ ਕਿੰਨਾ ਕੁਛ ਹੋਇਆ ਹੋਇਆ, ਕਿੰਨੇ ਲੋਕਾਂ ਨੇ ਕਿਵੇਂ ਜ਼ਬਰਦਸਤੀ ਇਹਦੇ ਨਾਲ ਕੀਤੀ ਆ। ਮੈਂ ਤੜਫ ਹੋ ਜਾਂਦੀ ਹੈ ਜਦੋਂ ਮਾੜੀ ਜਿਹੀ ਅੱਖ ਲੱਗਦੀ ਆ, ਫਿਰ ਥੋੜ੍ਹੇ ਟਾਈਮ ਬਾਅਦ ਸਾਰੀ ਰਾਤ ਵੀ ਐਂ ਕਰੀ ਗਈ ਆ। ਦੇਖੋ ਐਂ ਕਰੀ ਜਾਂਦੀ ਆ, ਮੰਮਾ ਕਹਿ ਰਹੀ ਹੈ ਜਾਂ ਪਾਪਾ ਕਹਿ ਰਹੀ ਹੈ ਜਾਂ ਬਾਬਾ ਕਹਿ ਰਹੀ ਆ। ਉੱਠ ਕੇ ਬਜਾ ਲਿਆ ਕੇ ਦੇ ਵੀ ਪਾਣੀ, ਪਾਣੀ ਲਿਆ ਕੇ ਦੇ ਮੇਰੀ ਭੈਣ ਨੂੰ। ਕੋਈ ਨਾ, ਰੋਣਾ ਨਹੀਂ, ਹਾਰੇ ਬਹਿਣ ਹੈ ਨਾ ਇੱਧਰ, ਮੈਂ ਬਾਈ ਹੂੰ, ਮੈਂ ਪਾਣੀ ਪਿਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਭੈਣ ਆ ਜੀ, ਅੱਜ ਸਾਨੂੰ ਇਸ ਭੈਣ ਨੂੰ ਸਵੇਰਦਿਆਂ ਤੜਫਦਿਆਂ ਦੇਖਦਿਆਂ ਨੂੰ ਕਰੀਬ 7-8 ਘੰਟੇ ਹੋ ਗਿਆ। ਰਾਤ ਵੀ ਅਸੀਂ ਕਰੀਬ 12-12:30 ਵਜੇ ਲੈ ਕੇ ਆਏ ਹਾਂ ਲੁਧਿਆਣੇ ਤੋਂ। ਇਹ ਭੈਣ ਮਿਲੀ ਹੈ ਸਾਨੂੰ ਸੁੰਦਰ ਨਗਰ ਤੋਂ, ਆਪਣੇ ਯੋਧੇਵਾਲ ਵਾਸੀ ਕੋਲੋਂ, ਬਿਨਾਂ ਕੱਪੜਿਆਂ ਤੋਂ ਹੀ ਭੈਣ ਸੜਕ 'ਤੇ ਪਈ। ਕੱਪੜੇ ਪਵਾਉਂਦੇ ਸੀ ਮੁਹੱਲੇ ਵਾਲੇ, ਫਿਰ ਲਾ ਦਿੰਦੇ ਸੀ। ਮੈਂਟਲੀ ਇੰਨੀ ਜ਼ਿਆਦਾ ਸਿੱਕ ਆ ਭੈਣ, ਬਹੁਤ ਹੀ ਜ਼ਿਆਦਾ। ਬਸ ਇਹਦਾ ਨਾਮ ਪੁੱਛਦੇ ਹਾਂ ਤਾਂ ਦੱਸਦੀ ਹੈ ਬਾਘਾ ਪੁਰਾਣਾ, ਕਹਿੰਦੇ ਕਿਤੇ ਕੁਛ ਰੂਪਾ ਦੱਸਦੀ ਹੈ, ਹੋਰ ਕੁਛ ਵੀ ਨਹੀਂ ਪਤਾ ਲੱਗ ਰਿਹਾ ਭੈਣ ਦਾ, ਨਾਮ ਨਹੀਂ ਦੱਸਦੀ ਕੁਛ ਹੋਰ। ਇਹਦੀ ਬਾਂਹ ਦੇ ਉੱਤੇ ਪੰਜਾਬੀ ਦੇ ਵਿੱਚ ਇੱਥੇ ਗੁਰਪ੍ਰੀਤ ਲਿਖਿਆ ਹੋਇਆ ਵਾ, ਆਹ ਦੇਖੋ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਗੁਰਪ੍ਰੀਤ। ਇੱਧਰ ਬੰਸੀ ਲਿਖਿਆ ਹੋਇਆ ਵਾ ਹਿੰਦੀ ਦੇ ਵਿੱਚ, ਹੈ ਨਾ। ਫੁੱਲ ਵਗੈਰਾ ਬਣੇ ਹੋਏ ਨੇ ਕਾਫੀ, ਮੱਥੇ 'ਤੇ ਵੀ ਚੰਦ ਬਣਿਆ ਹੋਇਆ, ਇੱਧਰ ਵੀ, ਇੱਧਰ ਵੀ ਚੰਦ ਤਾਰਾ ਬਣਿਆ ਸੈਂਟਰ 'ਚ ਵੀ। ਅਤੇ ਇਸ ਭੈਣ ਦੇ ਬਾਰੇ 'ਚ ਅੱਜ ਸਾਨੂੰ ਇੱਕ ਕਾਲ ਆਇਆ ਫਰੀਦਕੋਟ ਤੋਂ। ਫਰੀਦਕੋਟ ਤੋਂ ਇੱਕ ਵੀਰ ਨੇ ਦੱਸਿਆ ਵੀ ਇਹ 2 ਸਾਲ ਪਹਿਲਾਂ ਲੋਕਡਾਊਨ 'ਚ ਇੱਥੋਂ ਚਲੀ ਗਈ ਸੀ। ਪਹਿਲਾਂ ਇਹ ਫਰੀਦਕੋਟ ਰਹਿੰਦੀ ਸੀ ਭੈਣ, ਔਰਕੈਸਟਰਾ 'ਚ ਕੰਮ ਕਰਦੀ ਸੀਗੀ। ਉੱਥੇ ਫਿਰ ਜਿਹੜੇ ਰਿਕਸ਼ਿਆਂ ਵਾਲੇ ਸੀ ਅੱਡੇ 'ਤੇ, ਉਹਨਾਂ ਦੇ ਕੋਲ ਇਹ ਬਹਿਣ ਲੱਗ ਗਈ। ਉੱਥੇ ਉਹ ਇਹਦੇ 'ਤੇ ਹਬਸ ਮਿਟਾਉਣ ਲੱਗ ਗਏ ਆਪਣੀ। ਉੱਥੇ ਕੁਛ ਪਰਦੇਸੀ ਲੋਕ ਸੀ, ਕੁਛ ਰਿਕਸ਼ੇ ਵਾਲੇ ਸੀ, ਨਸ਼ੇੜੀ। ਇਹਨੂੰ ਵੀ ਭੈਣ ਨੂੰ ਦੱਸਦੇ ਸੀ ਸ਼ਰਾਬ ਸ਼ਰੂਬ ਪਿਆ ਆਉਂਦੇ ਸੀ, ਨਸ਼ਾ ਕਰ ਲੈਂਦੀ ਸੀਗੀ, ਉੱਥੇ ਹੀ ਰਹਿਣ ਲੱਗ ਗਈ। ਫਿਰ ਇਹ ਉਹ ਵੀਰ ਦੇ ਜਿਹੜੀ ਗੱਲ ਸਾਰੀ ਦੱਸੀ, ਕਹਿੰਦਾ ਵੀ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਇਹਦਾ ਘਰ ਲੱਭਣ ਦੀ, ਬਾਘੇ ਪੁਰਾਣੇ ਵੀ ਜਾ ਕੇ ਪਤਾ ਕੀਤਾ, ਵੀ ਕੁਛ ਵੀ ਪਤਾ ਨਹੀਂ ਲੱਗਿਆ। ਕਈ ਸਾਲ ਫਿਰ ਇਹ ਉੱਥੇ ਹੀ ਫਰੀਦਕੋਟ ਕਹਿੰਦੇ ਰਹਿੰਦੇ ਸੀ। ਵੀ ਬੜੀ ਵਾਰ ਉਹਨਾਂ ਨੂੰ ਭਜਾਉਂਦੇ ਵੀ ਸੀ ਨਸ਼ੇੜੀਆਂ ਨੂੰ ਜਾਂ ਕਿਵੇਂ ਆ, ਪਰ ਇਹ ਖੁਦ ਨਸ਼ਾ ਕਰ ਲੈਂਦੀ ਸੀ, ਆਪਦੇ ਕੱਪੜੇ ਉਤਾਰ ਕੇ ਬੈਠ ਜਾਂਦੀ ਸੀ। ਬੜੀ ਵਾਰ ਕਹਿੰਦੇ ਕੱਪੜੇ ਵੀ ਪਵਾਉਂਦੇ ਸੀ ਅਸੀਂ, ਪਰ ਫਿਰ ਜਦੋਂ ਲੋਕਡਾਊਨ ਦਾ ਸਮਾਂ ਆਇਆ ਕੋਵਿਡ ਦਾ, ਉਦੋਂ ਪਤਾ ਨਹੀਂ ਇਹ ਕਿੱਥੇ ਚਲੇ ਗਏ। ਉਹ ਕਹਿੰਦੇ ਵੀ ਅੱਜ ਅਸੀਂ ਤੁਹਾਡੀ ਵੀਡੀਓ ਦੇ ਵਿੱਚ ਦੇਖਿਆ ਇਹਨੂੰ, ਵੀ ਇਹ ਤਾਂ ਉਹੀ ਕੁੜੀ ਹੈ ਜਿਹੜੀ ਫਰੀਦਕੋਟ ਹੁੰਦੀ ਸੀ। ਕਹਿੰਦਾ ਉਦੋਂ ਅਸੀਂ ਪਤਾ ਕਰਦੇ ਸੀ, ਸਾਨੂੰ ਕਿਸੇ ਨੇ ਦੱਸਿਆ ਵੀ ਸੀਗਾ ਵੀ ਇਹ ਕਿਸੇ ਚੰਗੇ ਪਰਿਵਾਰ ਦੀ ਕੁੜੀ ਆ ਬਾਘੇ ਪੁਰਾਣੇ ਦੀ, ਵੀ ਔਰਕੈਸਟਰਾ 'ਚ ਕੰਮ ਕਰਨ ਲੱਗ ਗਈ ਅਤੇ ਮਾਂ ਪਿਓ ਨੇ ਇਹਦਾ ਸਾਥ ਛੱਡਤਾ ਸੀ, ਵੀ ਫਿਰ ਇਹ ਨਸ਼ੇ ਨੁਸ਼ੇ ਲੱਗ ਗਏ ਕਰਨ। ਅਸੀਂ ਹੁਣ ਅੱਜ ਵੀਰੇ ਉਹਨਾਂ ਨੂੰ ਪੁੱਛਿਆ ਵੀ ਸੀ ਵੀ ਵੀਰੇ ਕੋਈ ਤੁਹਾਨੂੰ ਅੱਗੋਂ ਪਤਾ ਲੱਗਿਆ ਸਾਨੂੰ ਦੱਸੋ, ਪਰ ਉਹ ਕਹਿੰਦਾ ਵੀਰੇ ਅੱਗੋਂ ਸਾਨੂੰ ਕੁਛ ਵੀ ਨਹੀਂ ਪਤਾ ਇਹਦੇ ਬਾਰੇ 'ਚ। ਹੁਣ ਫਿਰ ਅੱਜ ਅਸੀਂ ਇਸ਼ਨਾਨ ਪਾਣੀ ਕਰਾ ਕੇ ਭੈਣ ਨੂੰ ਹੋਸਪਿਟਲ ਵੀ ਚੈੱਕਅਪ ਕਰਾਇਆ, ਅੱਜ ਸੰਡੇ ਸੀਗਾ, ਰਿਪੋਰਟਾਂ ਟੈਸਟ ਭੇਜਤੇ, ਰਿਪੋਰਟਾਂ ਕੱਲ੍ਹ ਨੂੰ ਆ ਜਾਣਗੀਆਂ। ਡਾਕਟਰਾਂ ਨਾਲ ਵੀ ਗੱਲ ਹੋਈ, ਅੱਜ ਮੈਡੀਸਨ ਵੀ ਸ਼ੁਰੂ ਕਰਾਈ ਆ ਦਿਮਾਗ ਦੀ। ਸਭ ਤੋਂ ਵੱਡੀ ਦਵਾਈ ਤਾਂ ਤੁਹਾਡੀਆਂ ਦੁਆਵਾਂ, ਅਰਦਾਸਾਂ ਅਤੇ ਅਸੀਸਾਂ ਵਾਂ। ਜਿਵੇਂ ਕਿਹਾ ਭੈਣ ਖੜੀ ਹੈ ਦੁਰਗਾ, ਇਹ ਵੀ ਭੈਣ ਇਸੇ ਹਾਲਾਤ 'ਚ ਇੱਦਾਂ ਹੀ ਮਿਲੀ ਸੀ, ਬਹੁਤ ਮਾੜੇ ਹਾਲਾਤ ਸੀ ਭੈਣ ਦੇ। ਇਹਦੇ ਪਿੱਛੇ ਸਾਡੀ ਭੈਣ ਖੜੀ ਹੈ ਸੁਮਨ, ਇਹ ਵੀ ਭੈਣ ਇੱਦਾਂ ਹੀ ਇਸੇ ਹਾਲਾਤ 'ਚ ਸੀ, ਜੀਰੇ ਤੋਂ ਮਿਲੀ ਸੀ ਇਹ ਭੈਣ, ਇਹ ਲੁਧਿਆਣੇ ਤੋਂ ਬੱਦੋਵਾਲ ਤੋਂ ਮਿਲੀ ਸੀ ਭੈਣ। ਅੱਜ ਇਹ ਭੈਣਾਂ ਦੋਨੋਂ ਇਹਦੀ ਕੇਅਰ ਕਰਨ ਲਈ ਖੜੀਆਂ ਇੱਥੇ। ਅਤੇ ਇੱਕ ਦਿਨ ਸਾਡੀ ਇਸ ਭੈਣ ਨੇ ਵੀ ਕਿਸੇ ਹੋਰ ਦੀ ਕੇਅਰ ਕਰਨੀ, ਅੱਜ ਸਾਨੂੰ ਇਹਦਾ ਨਾਮ ਵੀ ਨਹੀਂ ਪਤਾ, ਅਤੇ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦੇ ਬਾਰੇ 'ਚ ਸਾਨੂੰ ਜਲਦ ਪਤਾ ਲੱਗ ਜਾਵੇ। ਬਸ ਉਹਦੇ ਪਿੱਛੇ ਇੱਕੋ ਹੀ ਕਾਰਨ ਹੋਊਗਾ, ਜੇ ਪਤਾ ਲੱਗੂਗਾ ਤਾਂ ਤੁਹਾਡੀਆਂ ਅਸੀਸਾਂ ਦੁਆਵਾਂ ਦੇ ਸਦਕਾ, ਜਾਂ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਦੇ ਸਦਕਾ। ਅੱਜ ਭੈਣ ਜਿਹੜੀ ਹਾਲਤ ਦੇ ਵਿੱਚ ਆ ਉਹ ਵੀ ਤੁਹਾਡੇ ਸਾਹਮਣੇ ਆ। ਇੰਨਾ ਤੜਫਦੀ ਆ, ਚੀਕਾਂ ਮਾਰੀ ਜਾਂਦੀ ਆ, ਰੋਈ ਜਾਂਦੀ ਆ, ਮਾੜਾ ਸੌਂਦੀ ਅੱਖ ਲੱਗਦੀ ਆ, ਫਿਰ ਇੱਕਦਮ ਇੱਦਾਂ ਡਰ ਕੇ ਉੱਠਦੀ ਆ। ਹੁਣ ਸਾਡੇ ਨਾਲ ਥੋੜ੍ਹਾ ਜਿਹਾ ਫਰੈਂਡਲੀ ਹੋ ਗਿਆ, ਜਿਵੇਂ ਥੋੜ੍ਹਾ ਵਿਸ਼ਵਾਸ ਜਿਹਾ ਹੋ ਗਿਆ ਉਹਨੂੰ ਸਾਡੇ 'ਤੇ,
ਪਹਿਲਾਂ ਤਾਂ ਕੱਲ ਰਾਤ ਵੀ ਅੱਜ ਸਵੇਰੇ ਵੀ ਜਦੋਂ ਅਸੀਂ ਮਾੜਾ ਜਿਹਾ ਵੀ ਟੱਚ ਕਰਦੇ ਸੀ ਇਹਨੂੰ ਐਂ ਲੱਗਦਾ ਸੀ ਵੀ ਪਤਾ ਨਹੀਂ ਮੈਨੂੰ ਕੀ ਕਰ ਦੇਣਗੇ। ਰਾਤ ਤਾਂ ਇਹਨੇ ਮੇਰੇ ਮਾਰਿਆ ਵੀ ਦੋ ਤਿੰਨ ਵਾਰੀ। ਇਹਨੂੰ ਐਂ ਸੀ ਵੀ ਖਨੀ ਅਸੀਂ ਵੀ ਉਹੀ ਦਰਿੰਦੇ ਹਾਂ, ਅਸੀਂ ਵੀ ਉਹੀ, ਬਸ ਕੀ ਲਫ਼ਜ਼ ਬੋਲੀ ਉਹਨਾਂ ਵਾਸਤੇ, ਘਟੀਆ ਲੋਕਾਂ ਵਾਸਤੇ। ਬਸ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ, ਸਾਨੂੰ ਹਿੰਮਤ ਦੇਣ, ਅਸੀਂ ਇਸ ਆਪਣੀ ਭੈਣ ਨੂੰ ਇੱਕ ਭਰਾਵਾਂ ਵਾਲਾ ਸਾਥ ਅਤੇ ਪਿਆਰ ਦੇ ਸਕੀਏ। ਇੱਥੇ ਰੱਖ ਦੇ ਦੁਰਗਾ ਹੈ ਉਸਕੇ ਪਾਸ ਪਾਣੀਆਂ ਦੀ। ਹੁਣ ਜਿਵੇਂ ਇਹ ਮਾਤਾ ਜੀ ਸੀਗੇ ਅੱਖਾਂ ਤੋਂ ਬਲਾਈਂਡ ਸੀ ਜਦੋਂ ਲੈ ਕੇ ਆਏ ਸੀ ਮੋਗੇ ਤੋਂ, ਹੈ ਨਾ, ਅੱਜ ਬੇਬੇ ਦੀ ਅੱਖਾਂ ਦੀ ਰੋਸ਼ਨੀ ਆ ਗਈ, ਜਿਹੜੀਆਂ ਜੱਟਾਂ ਸੀ ਸਿਰ 'ਚ, ਹਾਂਜੀ, ਸਾਡੀ ਬੇਬੇ ਜਮਾਂ ਠੀਕ ਆ। ਇੱਕ ਦਿਨ ਇਹ ਵੀ ਭੈਣ ਠੀਕ ਹੋ ਜੂਗੀ ਸਾਡੀ, ਹੈ ਨਾ। ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼। ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੌਲੀ ਹੌਲੀ ਥੋੜ੍ਹਾ ਪਾਣੀ ਪਿਆ ਕਰ।